ਕਾਫੀ ਦਿਨਾਂ ਤੋਂ ਜੋਤੀ ਨੂਰਾ ਆਪਣੇ ਪਤੀ ਦੇ ਨਾਲ ਰਿਲੇਸ਼ਨ ਨੂੰ ਲੈ ਕੇ মিডিਆ ਦੇ ਵਿੱਚ ਸਾਹਮਣੇ ਆਈ ਤਾਂ ਦੱਸਦੀ ਹੈ ਕਿ ਉਹਨਾਂ ਨੇ ਕੋਰਟ ਦੇ ਵਿੱਚ ਤਲਾਕ ਵੀ ਫਾਈਲ ਕਰ ਦਿੱਤਾ ਉਸ ਤੋਂ ਬਾਅਦ ਮੀਡੀਆ ਦੇ ਵਿੱਚ ਕਈ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਜੋਤੀ ਨੂਰਾ ਵੱਲੋਂ ਹੀ ਉਹ ਗੱਲਾਂ ਕਹੀਆਂ ਗਈਆਂ ਕਿ ਮੇਰੇ ਪਤੀ ਨੇ ਮੇਰੇ ਉੱਤੇ ਕਾਫੀ ਤਸ਼ੱਦਦ ਟਾਇਆ ਤਾਂ ਦੱਸ ਦਈਏ ਕਿ ਉਹਨਾਂ ਦਾ ਕਹਿਣਾ ਸੀ ਕਿ 1 ਸਾਲ ਬਾਅਦ ਮੇਰੇ ਨਾਲ ਉਹਦੀ ਮਾਰਕੋਟ ਸ਼ੁਰੂ ਹੋ ਗਈ ਸੀ ਮੇਰੇ ਨਾਲ ਕੁੱਟਮਾਰ ਕਰਦਾ ਸੀ ਔਰ ਨਸ਼ੇ ਕਰਦਾ ਮੇਰੇ ਤੇ ਸ਼ੱਕ ਕਰਦਾ ਇਦਾਂ ਦੀਆਂ ਬੜੀਆਂ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਪਰ ਤੁਹਾਨੂੰ ਦੱਸ ਦਈਏ ਕਿ ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਹਾਲੀ ਦੇ ਵਿੱਚ ਕੱਲ ਇੱਕ ਨੂਰਾ ਸਿਸਟਰਸ ਦੇ ਪੇਜ ਤੇ Facebook ਪੇਜ ਤੇ ਇੱਕ ਪੋਸਟ ਪਈਦੀ ਹੈ ਜਿਸ ਵਿੱਚ ਇਹ ਨਜ਼ਰ ਆਉਂਦਾ ਹੈ ਕਿ ਦੋਵਾਂ ਦੇ ਰਿਸ਼ਤਿਆਂ ਦੇ ਵਿੱਚ ਇੱਕ ਵਾਰ ਫਿਰ ਤੋਂ ਮਿਠਾਸ ਆ ਗਈ ਹੈ ਦੋਵੇਂ ਇੱਕ ਵਾਰ ਫਿਰ ਤੋਂ ਇੱਕ ਹੋਣ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਉਸ ਪੋਸਟ ਦੇ ਵਿੱਚ ਜੋਤੀ ਨੂਰਾ ਨੇ ਆਪਣੇ ਹਸਬੰਡ ਦੇ ਨਾਲ ਉਹ ਫੋਟੋ ਪੋਸਟ ਕੀਤੀ ਹੈ ਔਰ ਉਹਦੇ ਉੱਪਰ ਲਿਖਿਆ ਪੋਸਟ ਦੇ ਵਿੱਚ ਕਿ ਦੁਆਵਾਂ ਦੇ ਵਿੱਚ ਦਮ ਹੈ ਸੰਗਤ ਦੀ ਅਸੀਂ ਇੱਕ ਹਾਂ ਔਰ ਹਮੇਸ਼ਾ ਇਕ ਰਹਾਂਗੇ ਛੇਤੀ ਅਸੀਂ ਦੋਵੇਂ ਮਿਲਾਂਗੇ ਫੇਰ ਇਹ ਗੱਲਾਂ ਲਿਖੀਆਂ ਗਈਆਂ ਨੇ ਤੁਹਾਨੂੰ ਦੱਸ ਦਈਏ ਕਿ ਇਸ ਪੋਸਟ ਤੋਂ ਸਿੱਧਾ-ਸਿੱਧਾ ਇਹੀ ਜ਼ਾਹਰ ਹੋ ਰਿਹਾ ਹੈ ਕਿ ਦੋਵਾਂ ਦੇ ਰਿਸ਼ਤਿਆਂ ਦੇ ਵਿੱਚ ਜਿਹੜੀ ਕੜਵਾਹਟ ਸੀ ਉਸ ਦੇ ਵਿੱਚ ਮਿਠਾਸ ਭਰ ਗਈ ਹੈ ਔਰ ਲੋਕ ਜਿਹੜੇ ਜੋਤੀ ਨੂਰਾ ਦੇ ਨੂਰਾ ਸਿਸਟਰਸ ਦੇ ਫੈਨ ਨੇ ਉਹਨਾਂ ਦੀ ਗਾਇਕੀ ਦੇ ਫੈਨ ਨੇ murid ਨੇ ਉਹਨਾਂ ਨੂੰ ਸੁਣਦੇ ਨੇ ਔਰ ਉਹਨਾਂ ਨੇ ਕਿਹਾ ਕਿ ਉਹਨਾਂ ਸਭ ਦੀਆਂ ਦੁਆਵਾਂ ਸਦਕਾ ਇਹ ਜਿਹੜਾ ਮਾੜਾ ਸਮਾਂ ਸੀ ਉਹ ਬੀਤ ਚੁਕਿਆ ਹੈ ਔਰ ਇੱਕ ਵਾਰ ਫੇਰ ਤੋਂ ਅਸੀਂ ਜਲਦੀ ਦੋਵੇਂ ਮਿਲਾਂਗੇ ਔਰ ਅਸੀਂ ਇੱਕ ਸੀ ਇੱਕ ਹੀ ਰਹਾਂਗੇ ਇਹ ਗੱਲਾਂ ਪੋਸਟ ਦੇ ਵਿੱਚ ਜ਼ਾਹਰ ਹੋ ਰਹੀਆਂ ਨੇ ਔਰ ਕਈ ਜਿਹੜੇ ਨੂਰਾ ਸਿਸਟਰਜ਼ ਦੇ ਮুরিਦ ਨੇ ਫੈਨਸ ਨੇ ਉਹਨਾਂ ਦੇ ਸਰੋਤਾ ਨੇ ਸੁਣਨ ਵਾਲੇ ਨੇ ਉਹਨਾਂ ਨੇ ਵੀ ਇਹ ਪੋਸਟ ਨੂੰ ਸਾਂਝਾ ਕੀਤਾ ਔਰ ਇਹ ਗੱਲਾਂ ਕਈਆਂ ਜਾ ਰਹੀਆਂ ਨੇ ਕਿ ਜੋ ਦੌਰ ਚੱਲਿਆ ਥੋੜੇ ਦਿਨਾਂ ਤੋਂ ਮਾੜਾ ਦੌਰ ਕਿਹਾ ਜਾ ਸਕਦਾ ਹੈ ਨੂਰਾ ਸਿਸਟਰਜ਼ ਦੀ ਲਾਈਫ ਦੇ ਵਿੱਚ ਜੋਤੀ ਨੂਰਾ ਦੀ ਖਾਸ ਕਰਕੇ ਹਸਬੰਡ ਦੇ ਨਾਲ ਜਿਹੜੀਆਂ ਤਲਖੀਆਂ ਵਧੀਆਂ ਉਹਨਾਂ ਦੀਆਂ ਉਹ ਹੁਣ ਖਤਮ ਹੁੰਦੀਆਂ ਨਜ਼ਰ ਆ ਰਹੀਆਂ ਨੇ ਔਰ ਇੱਕ ਵਾਰ ਫੇਰ ਤੋਂ ਜੋਤੀ ਨੂਰਾ ਆਪਣੇ ਹਸਬੰਡ ਕੁਨਾਲ ਪਾਸਤੀ ਦੇ ਨਾਲ ਇੱਕ ਹੋਣ ਜਾ ਰਹੀ